ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆਹ ਇੱਕ ਕਿਸਾਨ ਦਾ ਅਜੀਤ 177 ਨਰਮਾ ਲੱਗਿਆ ਹੋਇਆ, ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ। ਅਤੇ ਇੱਕ ਕਈ ਦਿਨ ਪਹਿਲਾਂ ਮੈਂ ਵੀਡੀਓ ਪਾਈ ਸੀ ਵੀ ਯੂਰੀਆ ਦਾ ਛਿੜਕਾਵ ਨਾ ਕਰੋ, ਪਰ ਕਿਸੇ ਤਰੀਕੇ ਨਾਲ ਇਸ ਕਿਸਾਨ ਨੇ ਯੂਰੀਆ ਦਾ ਛਿੜਕਾਵ ਕਰ ਦਿੱਤਾ ਨਰਮੇ 'ਤੇ। ਜਿਹੜੇ ਕਿਸਾਨਾਂ ਦੇ ਯੂਰੀਆ ਛਿੜਕਾਵ ਨਹੀਂ ਕੀਤਾ ਉਹਨਾਂ ਦਾ ਫਾਇਦਾ ਹੋਇਆ, ਜਿਹਨੇ ਫੋਲੀਅਰ ਸਪਰੇ ਦੇ ਨਾਲ ਦਲਾਲ ਘੋਲ ਦੇ ਨਾਲ ਬਹੁਤ ਵਧੀਆ ਰਿਜ਼ਲਟ ਪਾਇਆ। ਪਰ ਇਸ ਕਿਸਾਨ ਨੇ ਕੀ ਕੀਤਾ, ਕਹਿੰਦੇ ਵੀ ਆਪਾਂ ਦੇਖ ਲਈਏ ਕਰਕੇ ਪ੍ਰੈਕਟੀਕਲ ਵੀ ਕੀ ਗੱਲ ਸਹੀ ਹੈ ਇਹ ਜਾਂ ਗਲਤ। ਅਤੇ ਕੁਛ ਏਰੀਏ ਦੇ ਵਿੱਚ ਇਸ ਕਿਸਾਨ ਨੇ ਯੂਰੀਆ ਰੇ ਪਾਤੀ ਅਤੇ ਕੁਛ 'ਚ ਨਹੀਂ ਪਾਈ, ਇੱਕ ਪਲੋਟ 'ਚ ਪਾਤੀ ਅਤੇ ਇੱਕ 'ਚ ਨਹੀਂ ਪਾਈ। ਤੁਸੀਂ ਆਹ ਫਲੋਟ ਦੇ ਵਿੱਚ ਯੂਰੀਆ ਰੇਹ ਪਾਈ ਹੋਈ ਹੈ ਅਤੇ ਤੁਸੀਂ ਦੇਖ ਰਹੇ ਹੋ ਸਫੇਦ ਮੱਛਰ ਜਿਹਨੂੰ ਵਾਈਟ ਫਲਾਈ ਬੋਲਿਆ ਜਾਂਦਾ ਉੜਦਾ ਹੋਇਆ ਅਤੇ ਪੱਤਿਆਂ ਥੱਲੇ ਚਿਪਕਿਆ ਬੈਠਿਆ ਹੋਇਆ ਦੇਖ ਸਕਦੇ ਹੋ। ਸਾਥੀਓ, ਆਪਾਂ ਨੂੰ ਕੀ ਕਰਨਾ ਚਾਹੀਦਾ ਹੈ, ਫੋਲੀਅਰ ਸਪਰੇ ਦੇ ਨਾਲ ਜਿਹੜਾ ਦਲਾਲ ਘੋਲ ਆਉਂਦਾ ਫੋਲੀਅਰ ਸਪਰੇ 'ਚ ਵਰਤਣਾ ਚਾਹੀਦਾ। ਦਲਾਲ ਘੋਲ ਨੂੰ ਫੋਲੀਅਰ ਦੇ ਰੂਪ ਦੇ ਵਿੱਚ ਕਰਨਾ ਚਾਹੀਦਾ, ਆਪਾਂ ਯੂਰੀਆ ਵਗੈਰਾ ਐਵੇਂ ਨਹੀਂ ਸੁੱਟਣੀ ਚਾਹੀਦੀ ਇਸ ਟਾਈਮ 'ਤੇ, ਨਹੀਂ ਤਾਂ ਨੁਕਸਾਨ ਹੋ ਜਾਂਦਾ। ਹੁਣ ਇਸ ਕਿਸਾਨ ਨੂੰ ਇਹਨੇ ਯੂਰੀਆ ਸੁੱਟਤੀ ਪਹਿਲਾਂ, ਹੁਣ ਕਿਸਾਨ ਕੀ ਕਰੂਗਾ, ਹੁਣ ਪੈਸਟੀਸਾਈਡ ਦੁਕਾਨ 'ਤੇ ਜਾਊਗਾ, ਖਰਚਾ ਕਰੂਗਾ, ਉੱਥੋਂ ਇਨਸੈਕਟੀਸਾਈਡ ਲਿਆਊਗਾ। ਤਾਂ ਕਰਕੇ ਤੁਹਾਨੂੰ ਦੱਸਣਾ ਚਾਹੁੰਦਾ ਛੋਟੀ ਜਿਹੀ ਵੀਡੀਓ ਦੇ ਵਿੱਚ ਵੀ ਇਹੋ ਜਿਹੀਆਂ ਗਲਤੀਆਂ ਆਪਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ। ਸਹੀ ਤੋਂ ਸਹੀ, ਬੈਸਟ ਤੋਂ ਬੈਸਟ ਜਿਹੜੀਆਂ ਮੈਥਡ ਹੈ ਉਹ ਅਪਣਾਉਣੇ ਚਾਹੀਦੇ ਆ ਖੇਤੀਬਾੜੀ 'ਤੇ। ਅਤੇ ਡਿਸਟੈਂਸ ਰੱਖਣੀ ਬਹੁਤ ਜ਼ਰੂਰੀ ਹੈ, ਡਿਸਟੈਂਸ ਦੇ ਨਾਲ ਹੀ ਫਲ ਆਉਂਦਾ, ਕਿਉਂਕਿ ਜ਼ਿਆਦਾ ਜਿੱਥੇ ਆਪਾਂ ਨਰਮ ਹੈ ਉਹਦੇ ਵਿੱਚ ਆਪਾਂ ਆਪ ਹੀ ਨਹੀਂ ਖੜ ਸਕਦੇ। ਆਹ ਨਰਮ ਹੈ ਇਹਦੇ ਵਿੱਚ, ਹਾਂ ਤਾਂ ਆਪਾਂ ਤਾਂ ਖੜ ਸਕਦੇ ਹਾਂ, ਕੋਈ ਦਿੱਕਤ ਨਹੀਂ। ਇਹੋ ਜਿਹਾ ਨਰਮਾ ਹੋਵੇ ਜਿਹ 'ਚ ਆਪਾਂ ਖੜ ਨਾ ਸਕੀਏ, ਸਾਹ ਨਾ ਆਵੇ ਆਪਾਂ ਨੂੰ, ਫਿਰ ਤੁਸੀਂ ਕਿਵੇਂ ਫਸਲ ਤੋਂ ਉਮੀਦ ਰੱਖ ਸਕਦੇ ਹੋ ਵੀ ਕਿ ਆਹ ਫਸਲ ਆਪਾਂ ਨੂੰ 7 ਤੋਂ 8 ਕੁਇੰਟਲ ਦਾ ਝਾੜ ਦੇ ਜੂਗੀ। ਕਦੇ ਹੀ ਨਹੀਂ ਉਹ ਦਿੰਦੀ, ਕਿਉਂਕਿ ਉਹਦੇ ਫਲ ਹੀ ਨਹੀਂ ਲੱਗਣਾ, ਉਹਦੇ ਵਿੱਚ ਹਵਾ ਨਹੀਂ ਪਹੁੰਚਣੀ, ਏਅਰ ਨਹੀਂ ਪਹੁੰਚਣੀ, ਧੁੱਪ ਨਹੀਂ ਪਹੁੰਚਣੀ, ਪ੍ਰਕਾਸ਼ ਨਹੀਂ ਪਹੁੰਚਣਾ, ਫਿਰ ਫਲ ਕਿਵੇਂ ਲੱਗੂਗਾ। ਤਾਂ ਕਰਕੇ ਸਾਥੀਓ, ਹਜੇ ਵੀ ਤੁਸੀਂ ਗੱਲ ਮੰਨ ਕੇ ਮੇਰੀ ਇਸ ਵੀਡੀਓ ਦੇ ਰਾਹੀਂ ਵਿਚਾਲੇ 3-3, 4-4 ਬੂਟੇ ਪਲਾਂਟ ਨੂੰ ਪੱਟ ਸਕਦੇ ਹੋ ਅਤੇ ਇਸ ਦਾ ਤੁਹਾਨੂੰ ਫਾਇਦਾ ਥੋੜ੍ਹੇ ਜਿਹੇ ਦਿਨਾਂ ਦੇ ਵਿੱਚ ਹੀ ਦਿਖ ਜੂਗਾ। ਆਹ ਨਰਮਾ ਦਾ ਠੀਕ ਠਾਕ ਕੰਡੀਸ਼ਨ ਦੇ ਵਿੱਚ ਹੈ, ਠੀਕ ਠਾਕ ਡਿਸਟੈਂਸ ਹੈ, ਇੰਨੀ ਵੀ ਨਹੀਂ ਆਪਾਂ ਕਹਿ ਸਕਦੇ ਵੀ ਜ਼ਿਆਦਾ ਡਿਸਟੈਂਸ ਹੋਊਗੀ, ਪਰ ਠੀਕ ਠਾਕ ਡਿਸਟੈਂਸ ਹੈ ਇਹਦੇ ਵਿੱਚ। ਪਰ ਇਹਦੇ ਵਿੱਚ ਵੀ ਇਹ ਸੰਘਣਾ, ਇਹਦੇ ਵਿੱਚ ਵੀ ਜ਼ਿਆਦਾ ਪ੍ਰਕਾਸ਼ ਦਾ ਨਹੀਂ ਹੁੰਦਾ, ਇਹਦੇ ਵਿੱਚ ਪ੍ਰਕਾਸ਼ ਜ਼ਿਆਦਾ ਨਹੀਂ ਆਉਂਦਾ, ਤਾਂ ਕਰਕੇ ਫਲ ਵੀ ਥੋੜ੍ਹਾ ਜਿਹਾ ਠੀਕ ਠੀਕ ਹੀ ਚੱਕਦਾ। ਤਾਂ ਕਰਕੇ ਸਾਥੀਓ, ਤੁਹਾਨੂੰ ਕਹਿਣਾ ਚਾਹੁੰਦਾ ਡਿਸਟੈਂਸ ਵੀ ਹੋਣੀ ਜ਼ਰੂਰੀ ਹੈ, ਪੌਦੇ ਤੋਂ ਪੌਦੇ ਦੂਰੀ ਵੀ ਹੋਣੀ ਜ਼ਰੂਰੀ ਹੈ। ਬਹੁਤ ਵਾਰੀ ਵੀਡੀਓ ਦੇ ਵਿੱਚ ਗੱਲਾਂ ਕਰ ਚੁੱਕੇ ਹਾਂ, ਅਤੇ ਬਾਹਰਲੀ ਸਾਈਡ ਬੋਰਡਰ ਕਰੋਪ ਲੱਗੀ ਵੀ ਹੋਣੀ ਵੀ ਜ਼ਰੂਰੀ ਹੈ। ਇਹ ਕਲਚਰਲ ਪ੍ਰੈਕਟਿਸ ਹੁੰਦੀ ਹੈ, ਇਹ ਆਪਾਂ ਨੂੰ ਅਪਣਾਉਣੀਆਂ ਜ਼ਰੂਰੀ ਹੁੰਦੀਆਂ, ਫਿਰ ਹੀ ਆਪਾਂ ਨੂੰ ਫਾਇਦਾ ਹੋਣਾ। ਤੁਸੀਂ ਬਾਹਰ ਵਾਲੇ ਪਲਾਂਟਾਂ ਦੇ ਉੱਤੇ ਜਿੱਥੇ ਹਵਾ ਲੱਗਦੀ ਹੈ, ਪ੍ਰਕਾਸ਼ ਪੈਂਦਾ, ਉੱਥੇ ਤੁਸੀਂ ਆਹ ਦੇਖ ਸਕਦੇ ਹੋ ਅਜੀਤ 177 ਦੇ ਫਾਲ ਕਿੰਨਾ ਚੱਕਦਾ ਇਹ। ਉਦੋਂ ਬਾਅਦ ਇਸ ਕਿਸਾਨ ਨੇ ਇਸ ਪਲੋਟ ਦੇ ਵਿੱਚ ਯੂਰੀਆ ਦਾ ਛਿੜਕਾਅ ਨਹੀਂ ਕੀਤਾ ਅਤੇ ਇੱਥੇ ਬਿਲਕੁਲ ਵੀ ਇਹ ਪੱਤੇ ਦੇ ਸਾਫ਼ ਹੈ, ਕੋਈ ਇੱਥੇ ਵਾਈਟ ਫਲਾਈ ਨਹੀਂ, ਕੁਛ ਵੀ ਨਹੀਂ। ਤਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ। ਆਪਾਂ ਜਿਹੜੀ ਵੀਡੀਓ ਹੈ ਨਾ, ਉਹ ਪੂਰੀ ਐਨ ਸੋਚ ਸਮਝ ਕੇ ਹੀ ਪਾਉਣੀ ਹੈ, ਪੂਰਾ ਦੇਖ ਕੇ। ਹੁਣ ਹੀ ਨਵੀਂ ਵੀਡੀਓ ਆਪਣੀ ਆ ਰਹੀ ਹੈ ਚਿੰਤਾ ਲਾਲਾ ਬੈਂਕ ਟ੍ਰੇਡਿੰਗ ਦੇ ਨਾਮ ਤੋਂ, ਇੱਕ ਸਾਇੰਟਿਸਟ ਨੇ, ਉਹਨਾਂ ਨੂੰ ਸਾਇੰਟਿਸਟ ਜੱਟੂ ਸਾਇੰਟਿਸਟ ਕਹਿ ਸਕਦੇ ਹਾਂ, ਜਿਨ੍ਹਾਂ ਨੇ ਇੱਕ ਤਕਨੀਕ ਬਣਾਈ ਹੈ ਸੋਇਲ ਦੇ ਨਾਲ ਕੀਟਾਂ ਨੂੰ ਕੰਟਰੋਲ ਕਰਨਾ, ਪੈਂਟਡ ਸੁਧਾ ਤਕਨੀਕ ਹੈ। ਉਹ ਵੀਡੀਓ ਸਾਰਿਆਂ ਨੇ ਜ਼ਰੂਰ ਦੇਖਣੀ ਹੈ, ਅਤੇ ਖਰਚਾ ਬਚਾਉਣ ਵਾਲੀ ਗੱਲ ਕਰਾਂਗੇ ਉਸ ਵੀਡੀਓ ਦੇ ਵਿੱਚ।